ਤੇ ਬੱਚੇ ਫਿਰ ਤੁਹਾਡੀ ਕਲਾਸ ਕਿਹੜੀ ਹੈ? ਹਾਂਜੀ ਇੱਕ ਮਿੰਟ ਬਸ, ਛੇਵੀਂ ਤੁਹਾਡੀ, ਏਟਥ ਤੁਹਾਡੀ ਬੱਚੇ, ਸੈਵਨਥ ਤੁਹਾਡੀ, ਦੱਸ ਦੇ ਯਾਰ ਤੁਹਾਡੀ ਕਿਹੜੀ ਕਲਾਸ ਹੈ? ਅੱਠਵੀਂ ਤੁਹਾਡੀ, ਛੇਵੀਂ ਤੁਹਾਡੀ, ਛੇਵੀਂ ਇੱਕ ਦੋ ਬੱਚੇ ਹੋਰ ਸੀ ਉਹ ਕਿੱਥੇ ਗਏ? ਉਹਨਾਂ ਨੂੰ ਵੀ ਬੁਲਾਇਓ ਯਾਰ। ਤਿਆਰੀ ਪੂਰੀ ਹੈ ਪੇਪਰ ਦੀ? ਅੱਛਾ ਆਪਾਂ ਫਿਰ ਪਾਸ ਹੋਣਾ ਹੈਨਾ ਇਗਜ਼ਾਮ 'ਚੋਂ। ਅੱਜ ਅਸੀਂ ਤੁਹਾਨੂੰ ਪਿੰਡ ਨਵੀਂਪੁਰ ਦੇ ਸਕੂਲ ਦੇ ਵਿੱਚ ਲੈ ਕੇ ਆਏ ਹਾਂ ਜਿੱਥੇ ਬੱਚੇ ਪੜ੍ਹਨ ਵਾਸਤੇ ਜਾਂ ਕਿਤਾਬਾਂ ਲੈਣ ਵਾਸਤੇ ਨਹੀਂ ਇਗਜ਼ਾਮ ਦੇਣ ਵਾਸਤੇ ਆਏ ਨੇ। ਇਗਜ਼ਾਮ ਵੀ ਕਿਹੜੀ ਅਲੱਗ ਅਲੱਗ ਕਲਾਸੀ 'ਚ, ਕਾਫੀ ਬੱਚੇ ਜਿਨ੍ਹਾਂ ਦੇ ਮੂੰਹ 'ਤੇ ਮਾਸਕ ਵੀ ਨਹੀਂ ਹੈਗੇ, ਇਹ ਭੋਲੇ ਭਾਲੇ ਬੱਚੇ ਨੇ ਜਿਨ੍ਹਾਂ ਨੂੰ ਅੱਜ ਸਕੂਲ 'ਚ ਇਗਜ਼ਾਮ ਵਾਸਤੇ ਬੁਲਾਇਆ ਗਿਆ ਵਾ ਅਤੇ ਇਗਜ਼ਾਮ ਦੇਣ ਵਾਸਤੇ ਸਕੂਲ ਦੇ ਵਿੱਚ ਆਏ ਨੇ। ਹੁਣ ਸਾਡਾ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਸਕੂਲ ਦੇ ਉੱਪਰ ਕਿਹੜੀ ਕਾਰਵਾਈ ਹੋਵੇਗੀ, ਕਿਉਂਕਿ ਜੇ ਬੱਚਿਆਂ ਨੂੰ ਕੋਈ ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਜਿਹੜੀ ਆ ਉਹ ਆਪਣੀ ਚਪੜ 'ਚ ਲੈ ਜਾਂਦੀ ਹੈ ਤਾਂ ਇਹਦੀ ਰਿਸਪੋਂਸੀਬਿਲਟੀ ਕਿਸ ਦੀ ਹੋਏਗੀ? ਆਓ ਅਸੀਂ ਹੁਣ ਬੱਚਿਆਂ ਨਾਲ ਗੱਲ ਕਰਦੇ ਕਿਹੜੀ ਕਲਾਸ ਦਾ ਇਹ ਇਗਜ਼ਾਮ ਦੇਣਾ ਹੈ। ਬੱਚੇ ਕੀ ਨਾਮ ਤੁਹਾਡਾ? ਹਰਮਨ। ਹਾਂਜੀ ਹਰਮਨ। ਪਾਪਾ ਦਾ ਕੀ ਨਾਮ ਹੈ? ਹੀਰਾ ਲਾਲ। ਹੀਰਾ ਲਾਲ ਕਿਹੜੀ ਕਲਾਸ 'ਚ ਪੜ੍ਹਦੇ ਜੇ? 6। 6 'ਚ ਅੱਜ ਕੀ ਕਰਨ ਆਏ ਤੁਸੀਂ? ਪੇਪਰ ਦੇਣ। ਪੇਪਰ ਦੇਣ ਆਏ। ਆਹ ਕਾਰਡਬੋਰਡ ਦੇਖੋ, ਇਹ 'ਚ ਸ਼ੀਟਸ ਵੀ ਲੱਗੀਆਂ ਨੇ ਅਲੱਗ ਅਲੱਗ ਤਰੀਕੇ ਦੀਆਂ। ਅਤੇ ਤੁਹਾਡਾ ਪਹਿਲੇ ਵੀ ਕੋਈ ਇਗਜ਼ਾਮ ਹੋਇਆ? ਹਾਂਜੀ। ਕਿਹੜਾ? ਕੱਲ ਪੇਪਰ ਹੋਇਆ ਸੀ। ਕਾਹਦਾ? ਪੰਜਾਬੀ ਦਾ। ਪੰਜਾਬੀ ਦਾ। ਤੁਸੀਂ ਬੱਚੇ ਕਿਹੜੀ ਕਲਾਸ 'ਚ ਪੜ੍ਹਦੇ ਜੀ? 6ਵੀਂ 'ਚ। 6ਵੀਂ 'ਚ? ਹਾਂਜੀ। ਕੀ ਨਾਮ ਤੁਹਾਡਾ? ਕਿਰਨ ਕੁਮਾਰੀ। ਕਿਰਨ ਕੁਮਾਰੀ ਅੱਜ ਕੀ ਕਰਨ ਆਏ ਤੁਸੀਂ? ਪੇਪਰ ਦੇਣ। ਪੇਪਰ ਦੇਣ ਆਏ। ਅੱਛਾ ਬੱਚੇ ਤੁਸੀਂ? ਨਵਰੀਤ ਕੌਰ। ਡਰਨ ਦੀ ਕੋਈ ਲੋੜ ਨਹੀਂ ਹੈ, ਤੁਹਾਨੂੰ ਕੁਛ ਨਹੀਂ ਹੈ। ਅੱਛਾ ਤਾਂ ਆਏ ਤੁਸੀਂ? ਪੇਪਰ ਦੇਣ। ਪੇਪਰ ਦੇਣ ਤੁਸੀਂ ਬੱਚੇ? ਹਾਂਜੀ। ਤੁਹਾਡੀ ਕਲਾਸ ਕਿਹੜੀ ਹੈ? 8th। 8th। ਗੁਰਪ੍ਰੀਤ। ਗੁਰਪ੍ਰੀਤ ਸਿੰਘ। ਕਿਹੜੀ? ਪਾਪਾ ਦਾ ਕੀ ਨਾਮ ਹੈ? ਰੋਸ਼ਨ ਲਾਲ। ਕਲਾਸ ਕਿਹੜੀ ਹੈ? 6ਵੀਂ। 6ਵੀਂ ਕੀ ਕਰਨਾ ਹੈ ਜੀ? ਪੇਪਰ ਦੇਣ। ਠੀਕ ਹੈ। ਤੁਹਾਡਾ ਨਾਮ ਕੀ ਬੱਚੇ? ਮਹਿਕਦੀਪ। ਹਾਂਜੀ ਮਹਿਕਦੀਪ। ਕਿਹੜੀ ਕਲਾਸ ਹੈ? 6th। 7th ਕੀ ਕਰਨਾ ਹੈ ਜੀ? ਪੇਪਰ ਦੇਣ। ਪੇਪਰ ਦੇਣਾ ਹੈ ਜੀ। ਬੱਚੇ ਹੋਰ ਵੀ ਆ, ਕੁਝ ਬੱਚੇ ਇਹੋ ਜਿਹੇ ਸੀ ਜਿਹੜੇ ਸਾਡੇ ਵੱਲ ਦੇਖ ਕੇ ਚਲੇ ਗਏ, ਬਟ ਇਹ ਬੱਚੇ ਕਲਾਸਰੂਮ 'ਚ ਬੈਠੇ ਸੀ। ਇਗਜ਼ਾਮ ਦੀ ਪ੍ਰੋਪਰ ਤਿਆਰੀ ਹੈ ਔਰ ਇਹ ਇਗਜ਼ਾਮ ਦੇਣ ਹੁਣ ਇੱਥੇ ਇੱਕ ਮੈਮ ਨਾਲ ਗੱਲ ਹੋਈ ਸੀ, ਉਹ ਕਹਿੰਦੇ ਕਿ ਮੈਨੂੰ ਨਹੀਂ ਪਤਾ ਇਹਨਾਂ, ਮੇਰੇ ਹੈੱਡ ਨੇ ਮੈਨੂੰ ਕਿਹਾ ਸੀ, ਉਹਨਾਂ ਦਾ ਨਾਮ ਵੀ ਅਸੀਂ ਕਨਫਰਮ ਕਰਾਂਗੇ, ਉਹਨਾਂ ਨਾਲ ਗੱਲ ਵੀ ਕਰਾਵਾਂਗੇ। ਬੱਚੇ ਤੁਹਾਡਾ ਕੀ ਨਾਮ ਹੈ? ਅਜਪਨਪ੍ਰੀਤ ਸਿੰਘ। ਹਾਂਜੀ ਅਜਪਨਪ੍ਰੀਤ ਸਿੰਘ। ਕੀ ਨਾਮ ਹੈ? ਅਜਪਨਪ੍ਰੀਤ ਸਿੰਘ। ਬਚਪਨਪ੍ਰੀਤ ਸਿੰਘ। ਅੱਛਾ ਕਿਹੜੀ ਕਲਾਸ ਕਿਹੜੀ ਤੁਹਾਡੀ? 8ਵੀਂ। ਰੋਲ ਨੰਬਰ ਕੀ ਹੈ? ਨਹੀਂ ਦੱਸਿਆ। ਪਾਪਾ ਦਾ ਕੀ ਨਾਮ ਆ? ਸ਼ਿੰਗਾਰਾ ਸਿੰਘ। ਸ਼ਿੰਗਾਰਾ ਸਿੰਘ ਕਿਹੜੇ ਪਿੰਡ ਦੇ ਰਹਿਣ ਵਾਲੇ ਜੇ? ਨਵੀਂਪੁਰ। ਨਵੀਂਪੁਰ ਇਸੇ ਪਿੰਡ ਦੇ? ਹਾਂਜੀ। ਹਾਂਜੀ ਬੱਚੇ ਤੁਹਾਡਾ ਕੀ ਨਾਮ ਹੈ? ਲਵਪ੍ਰੀਤ। ਲਵਪ੍ਰੀਤ। ਲਵਪ੍ਰੀਤ ਜੀ ਪਾਪਾ ਦਾ ਕੀ ਨਾਮ ਆ? ਸੋਹਣ ਲਾਲ। ਸੋਹਣ ਲਾਲ। ਕਲਾਸ ਕਿਹੜੀ ਤੁਹਾਡੀ? 6ਵੀਂ। ਕੀ ਕਾਰਨ ਕੀ ਆਏ ਜੇ? ਪੇਪਰ ਦੇਣ। ਬੱਚੇ ਤੁਸੀਂ? ਹਾਂਜੀ। ਇਗਜ਼ਾਮ ਦੇਣ ਆਏ ਜੇ? ਕੀ ਨਾਮ ਕੀ ਤੁਹਾਡਾ? ਆਕਾਸ਼। ਆਕਾਸ਼। ਹਾਂਜੀ ਬੱਚੇ? ਮੇਰਾ ਨਾਮ ਅਰਜੁਨ ਹੈ। ਅਰਜੁਨ। ਹਾਂਜੀ। ਅੱਛਾ ਜੀ ਕੀ ਨਾਮ ਕੀ ਤੁਹਾਡਾ? ਅਰਜੁਨ। ਕਲਾਸ ਕਿਹੜੀ ਹੈ? 6ਵੀਂ। ਤੁਹਾਡਾ ਬੱਚੇ? ਸਾਹਿਲ। ਅੱਛਾ ਜੀ ਕੀ ਨਾਮ ਕੀ? ਸਾਹਿਲ ਹੈ। ਕਲਾਸ ਕਿਹੜੀ ਤੁਹਾਡੀ? 6ਵੀਂ। 6ਵੀਂ। ਅਲੱਗ ਅਲੱਗ ਕਲਾਸਾਂ ਦੇ ਜਿਹੜੇ ਬੱਚੇ ਨੇ ਉਹ ਇੱਥੇ ਇਗਜ਼ਾਮ ਦੇਣ ਆਏ ਆ। ਹੁਣ ਅਸੀਂ ਇਹ ਦੇਖਣਾ ਹੋਏਗਾ ਕਿ ਪ੍ਰਸ਼ਾਸਨ ਦੀ ਇਹ ਖੂਬਸੂਰਤੀ ਹੈ ਜਾਂ ਨਲਾਇਕੀ ਆ, ਕਿਉਂਕਿ ਆਮ ਤੌਰ 'ਤੇ ਦੇਖਿਆ ਜਾਂਦਾ ਕਿ ਕਿਸੇ ਵੀ ਬੱਚੇ ਨੂੰ ਸਕੂਲ ਦੇ ਵਿੱਚ ਅਲਾਉਡ ਨਹੀਂ ਹੈਗਾ ਪੜ੍ਹਾਈ ਵਾਸਤੇ ਵੀ, ਬਟ ਇੱਥੇ ਇਗਜ਼ਾਮ ਲਏ ਜਾ ਰਹੇ ਨੇ ਬੱਚਿਆਂ ਦੇ। ਹੁਣ ਅੱਗੇ ਅਸੀਂ ਸਕੂਲ ਦੇ ਜਿਹੜੇ ਇੱਥੇ ਟੀਚਰ ਨੇ ਜੇ ਉਹ ਮਿਲਦੇ ਆ ਤਾਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਹਾਂ ਵੀ ਇਹਨਾਂ ਨੂੰ ਕੀ ਮਜਬੂਰੀ ਸੀ ਜਿਹੜਾ ਇਹ ਬੱਚਿਆਂ ਨੂੰ ਬੁਲਾਇਆ? ਥਾਣੇ ਵਾਲੇ ਜੀ। ਹਾਂਜੀ। ਇਹ ਬੱਚੇ ਜਿਹੜੇ ਬੁਲਾਏ ਕਿਸ ਤਰ੍ਹਾਂ, ਤੁਹਾਨੂੰ ਪਤਾ ਕੁਛ ਇਹਦੇ ਬਾਰੇ? ਮੈਨੂੰ ਨਹੀਂ ਇਹਨਾਂ ਬਾਰੇ ਕੁਛ ਵੀ ਪਤਾ। ਅੱਛਾ ਜੀ। ਟੀਚਰ ਆਉਂਦੇ ਅਸੀਂ ਤਾਂ ਆਉਂਦੇ ਹਾਂ। ਟੀਚਰ ਆਉਂਦੇ ਇਹਨਾਂ ਦਾ, ਬੱਚੇ ਕਹਿ ਰਹੇ ਕਿ ਸਾਡਾ ਦੂਸਰਾ ਇਗਜ਼ਾਮ ਆ ਅਤੇ ਤੁਸੀਂ ਅੱਗੇ ਵੀ ਆਏ ਸੀ? ਨਹੀਂ ਮੈਨੂੰ ਨਹੀਂ ਪਤਾ ਕੱਲ੍ਹ ਬਾਰੇ ਕੁਛ, ਅੱਜ ਹੀ ਮੇਰੇ ਟੀਚਰ ਆਏ, ਅੱਜ ਮੈਂ ਆ ਗਈ ਹਾਂ। ਆਪਾਂ ਗੱਲ ਕੀਤੀ ਕਿਉਂਕਿ ਉਹਨਾਂ ਨੂੰ ਵੀ ਨਹੀਂ ਪਤਾ, ਕਹਿ ਰਹੇ ਕਿ ਮੈਨੂੰ ਨਹੀਂ ਪਤਾ ਕਿ ਬੱਚਿਆਂ ਨੂੰ ਕਿੰਨੇ ਬੁਲਾਇਆ ਵਾ, ਪਰ ਉਹਨਾਂ ਨੇ ਦਰਵਾਜ਼ੇ ਖੋਲ੍ਹ ਕੇ ਬੱਚਿਆਂ ਨੂੰ ਅੰਦਰ ਬਿਠਾਇਆ ਵਾ। ਬੱਚੇ ਕਹਿ ਰਹੇ ਨੇ ਕਿ ਸਾਡਾ ਸੈਕਿੰਡ ਇਗਜ਼ਾਮ ਆ। ਹੁਣ ਬੱਚਿਆਂ ਸਾਰਿਆਂ ਨੂੰ ਕਿਹਾ ਜਾ ਰਿਹਾ ਅੰਦਰ ਕਿ ਤੁਸੀਂ ਇੱਥੋਂ ਜਾਓ, ਉੱਧਰ ਦਿਖਾਓ, ਕਿ ਬੱਚਿਆਂ ਨੂੰ ਹੁਣ ਇੱਥੋਂ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਅਸੀਂ ਪ੍ਰਸ਼ਾਸਨ ਦੇ ਨਾਲ ਜਾ ਕੇ ਗੱਲ ਕਰਾਂਗੇ ਕਿ ਇਹ ਬੱਚੇ ਕਿਵੇਂ ਬੈਠੇ, ਇਹਨਾਂ ਦਾ ਇਗਜ਼ਾਮ ਕਿਵੇਂ ਹੋ ਰਿਹਾ ਵਾ, ਅਤੇ ਇਹਨਾਂ ਦਾ ਸਾਰਾ ਕੁਛ ਦੇਖਣਾ। ਹੁਣ ਫਿਰ ਅਸੀਂ ਆਓ
ਇੱਥੇ ਸਾਰੇ ਜਣੇ ਹੁਣ ਮੈਮ ਉਹਨਾਂ ਨੂੰ ਕਹਿ ਰਹੇ ਕਿ ਤੁਸੀਂ ਜਾਓ, ਪਹਿਲੇ ਦਰਵਾਜ਼ੇ ਖਲਾਏ ਗਏ ਆ, ਹੁਣ ਉਹਨਾਂ ਨੂੰ ਘਰ ਭੇਜਿਆ ਜਾ ਰਿਹਾ ਹੈ। ਅਸੀਂ ਤੁਹਾਨੂੰ ਟਾਈਮ ਟੂ ਟਾਈਮ ਹੁਣ ਸਾਰੀਆਂ ਚੀਜ਼ਾਂ ਇਹਦਾ ਹੁਣ ਡੀਓ ਸਾਹਿਬ ਨੂੰ ਪੁੱਛਿਆ ਜਾਏਗਾ ਕਿ ਬੱਚੇ ਇਗਜ਼ਾਮ ਦੇਣ ਕਿਵੇਂ ਆਏ। ਬੱਚੇ ਜਿਹੜੇ ਬੁਲਾਏ ਕਿਉਂ ਬੁਲਾਏ ਗਏ? ਵੇਖੋ ਜੀ, ਬੱਚਿਆਂ ਨੂੰ ਵੈਸੇ ਸਕੂਲ ਨਹੀਂ ਬੁਲਾਇਆ ਗਿਆ ਹੈਗਾ, ਇਹਨਾਂ ਨੂੰ ਵੈਸੇ ਕਿਹਾ ਗਿਆ ਸੀ ਕਿ ਤੁਹਾਡੇ ਬੱਚੇ ਤੁਸੀਂ ਪੇਪਰ ਦੇ ਦਿਓ ਅਤੇ ਤੁਹਾਡੇ ਅਸੀਂ ਕਲੈਕਟ ਕਰ ਲਾਂਗੇ, ਹੈ ਨਾ। ਅਤੇ ਪਹਿਲਾਂ ਤਾਂ ਬੱਚੇ ਆਉਂਦੇ ਨਹੀਂ ਸੀ ਹੈਗੇ ਸਕੂਲ, ਅਸੀਂ ਓਨਲੀ ਟੀਚਰ ਆਉਂਦੇ ਸੀ ਪੂਰਾ ਵੀਕ। ਕਲਾਸਰੂਮ 'ਚ ਬੈਠੇ ਨੇ ਬੱਚੇ, ਜੇ ਤੁਸੀਂ ਇਹਨਾਂ ਨੂੰ ਬੁਲਾਇਆ ਨਹੀਂ ਤਾਂ ਕਲਾਸਰੂਮ ਦੇ ਦਰਵਾਜ਼ੇ ਆਪਣੇ ਆਪ ਬੱਚਿਆਂ ਨੇ ਤਾਂ ਖੋਲ੍ਹ ਲਏ। ਉਹ ਤਾਂ ਹੈ ਦਰਵਾਜ਼ੇ। ਤੁਹਾਡੀ ਸਹਿਮਤੀ ਨਾਲ ਹੀ ਬੱਚੇ ਇੱਥੇ ਕਲਾਸਰੂਮ ਦੇ ਵਿੱਚ ਬੈਠੇ ਆ, ਅਤੇ ਆਪਾਂ ਇਹ ਤਾਂ ਮੰਨਾਂਗੇ ਨਾ, ਕਿਉਂਕਿ ਬੱਚਿਆਂ ਨੇ ਆਪੇ ਦਰਵਾਜ਼ੇ ਤਾਂ ਖੋਲ੍ਹ ਨਹੀਂ ਲਏ। ਜੇ ਤੁਸੀਂ ਖਿਲਾਰ ਕੇ ਬੱਚਿਆਂ ਨੂੰ ਦਰਵਾਜ਼ੇ ਖਿਲਾ ਕੇ ਤੇ ਫਿਰ ਹੀ ਉਹਨਾਂ ਨੂੰ ਬਿਠਾਇਆ, ਰਿਸਪੋਂਸੀਬਿਲਟੀ ਤੇ ਬੱਚੇ ਦਰਵਾਜ਼ੇ। ਚਲੋ ਇਹਨਾਂ ਨੇ ਖੋਲ੍ਹਿਆ ਜਿਹੜੇ ਸਾਡੇ ਆ ਬੈਠੇ, ਬਟ ਤੁਸੀਂ ਉਹਨਾਂ ਨੇ ਗਰਮੀ ਦੇ ਵਿੱਚ ਇਹ ਕਿਹਾ ਚਲੋ ਮੈਂ ਚਲੋ ਪੱਖੇ ਹੇਠਾਂ ਬੱਚੋ ਬੈਠ ਜਾਓ ਜੇ ਤੁਸੀਂ ਆਏ ਹੋ। ਮੈਨੂੰ ਇੰਨਾ ਨਹੀਂ ਸੀ ਪਤਾ ਕਿ ਬੱਚਿਆਂ ਨੇ ਅਜੇ ਆਉਣਾ ਕਿ ਨਹੀਂ ਆਉਣਾ, ਮੈਂ ਤਾਂ ਵੈਸੇ ਆਪਣੀ ਡਿਊਟੀ ਕਰਕੇ ਆਈ। ਸਾਡੇ ਕੋਲ ਇਸ ਤੋਂ ਪਹਿਲੇ ਦੀ ਵੀ ਇੱਕ ਵੀਡੀਓ ਹੈਗੀ ਆ, ਕਿਉਂਕਿ ਬੱਚੇ ਤੁਹਾਡੀ ਵੇਟ ਕਰ ਰਹੇ ਸੀ ਬਾਹਰ 9 ਵਜੇ ਦਾ, ਉਹਨਾਂ ਨੂੰ ਤੁਸੀਂ ਟਾਈਮ ਦਿੱਤਾ ਸੀ ਕਿ 9 ਵਜੇ ਮੈਮ ਨੇ ਆਉਣਾ ਵਾ, ਬਟ ਤੁਸੀਂ 9:30 ਆਏ ਜੇ। ਅਸੀਂ ਦੂਸਰਾ ਚੱਕਰ ਲਗਾਇਆ, ਸਾਡੇ ਕੋਲ ਫਸਟ ਵੀਡੀਓ ਵੀ ਅਸੀਂ ਤੁਹਾਨੂੰ ਦਿਖਾ ਦਾਂਗੇ। ਦੇਖੋ ਜੇ ਉਹ ਬੱਚੇ ਬੁਲਾਏ ਆ, ਹੁਣ ਇਹਦੀ ਰਿਸਪੋਂਸੀਬਿਲਟੀ ਤਾਂ ਤੁਹਾਨੂੰ ਲੈਣੀ ਪੈਣੀ ਕਿ ਕਿਉਂ ਬੁਲਾਇਆ। ਦੇਖੋ ਅਸੀਂ ਤਾਂ ਦੇਖ ਪੱਖ ਲੈ ਰਹੇ ਆ, ਸੱਚ ਬੋਲੋ। ਵੇਖੋ ਜੀ, ਅਸੀਂ ਤਾਂ ਬੁਲਾਇਆ ਨਹੀਂ, ਅਸੀਂ ਤਾਂ ਨਹੀਂ ਬੁਲਾਇਆ ਹੈਗਾ, ਹੈ ਨਾ। ਚਲੋ ਮੈਡਮ ਆਉਂਦੇ ਆਪਾਂ ਦੇਖ ਲੈਂਦੇ ਹਾਂ, ਪੁੱਛ ਲੈਂਦੇ ਹਾਂ, ਠੀਕ ਹੈ। ਪੰਜਾਬੀ ਦਾ ਹੋਇਆ।